ਹਵਲਨਿਆ ਫਤਿਹਗੜ੍ਹ ਸਾਹਿਬ ਤੋਂ ਕਬਾੜੀਏ ਤੋਂ ਲੁੱਟਾਂ ਖੋਹਾਂ ਕਰਕੇ ਭੱਜੇ ਦੋ ਵਿਅਕਤੀ ਬਡਾਲੀ ਆਲਾ ਸਿੰਘ ਵੱਲੋਂ ਕਾਬੂ ਕੀਤੇ ਗਏ। ਪੁਲਿਸ ਨੇ ਦੋ ਲੁਟੇਰਿਆਂ ਨੂੰ ਮਹਿਜ਼ 12 ਘੰਟਿਆਂ 'ਚ ਕੀਤਾ ਗ੍ਰਿਫਤਾਰ। ਥਾਣਾ ਬਡਾਲੀ ਆਲਾ ਸਿੰਘ ਅਧੀਨ ਪੈਂਦੇ ਪਿੰਡ ਦੁਪਾਲੀ ਵਿਖੇ ਪਿਸਤੌਲ ਦੀ ਨੋਕ ਤੇ ਲੁੱਟਾਂ ਖੋਹਾਂ ਕਰਕੇ ਭੱਜੇ ਕਾਰ ਸਵਾਰਾਂ 'ਚੋਂ ਦੋ ਵਿਅਕਤੀ ਨੂੰ ਬਡਾਲੀ ਆਲਾ ਸਿੰਘ ਪੁਲਿਸ ਵੱਲੋਂ ਮਹਿਜ਼ 12 ਘੰਟਿਆਂ ਦੇ ਵਿੱਚ ਗ੍ਰਿਫਤਾਰ ਕੀਤੇ ਜਾਣ ਦਾ ਦਾਅਵਾ ਕੀਤਾ ਹੈ। DSP ਬਸੀ ਪਠਾਣਾ ਅਮਰਪ੍ਰੀਤ ਸਿੰਘ ਅਤੇ SHO ਥਾਣਾ ਬਡਾਲੀ ਆਲਾ ਸਿੰਘ ਅਰਸ਼ਦੀਪ ਸ਼ਰਮਾ ਨੇ ਪੱਤਰਕਾਰਾਂ ਦੇ ਨਾਲ ਗੱਲਬਾਤ ਦੇ ਦੌਰਾਨ ਦੱਸਿਆ ਹੈ ਕਿ ਅਮਰੀਕ ਸਿੰਘ ਵਾਸੀ ਹੰਸਾਰੀ ਨੇ ਪੁਲਿਸ ਨੂੰ ਦੱਸਿਆ ਹੈ ਕਿ ਉਹ ਪਿੰਡ ਦੁਪਾਲੀ ਵਿਖੇ ਕਬਾੜ ਦਾ ਕੰਮ ਕਰਦਾ ਹੈ ਤੇ 21 ਜਨਵਰੀ ਦੀ ਰਾਤ ਨੂੰ ਜਦੋਂ ਆਪਣੀ ਦੁਕਾਨ 'ਚ ਮੌਜੂਦ ਸੀ ਤਾਂ ਰਾਤ 10:15 ਵਜੇ ਦੇ ਕਰੀਬ ਇੱਕ ਕਾਰ ਉਸਦੀ ਦੁਕਾਨ ਦੇ ਬਾਹਰ ਆ ਕੇ ਰੁਕੀ ਔਰ ਜਿਸ ਜੋ ਮੂੰਹ ਬੰਨ ਕੇ ਨਿਕਲੇ 3 ਵਿਅਕਤੀ ਉਸ ਦੀ ਦੁਕਾਨ ਵਿੱਚ ਦਾਖਲ ਹੋਏ, ਜਿਨ੍ਹਾਂ 'ਚੋਂ ਇੱਕ ਦੇ ਹੱਥ ਵਿੱਚ ਪਿਸਤੌਲ ਤੇ ਦੂਜੇ ਦੇ ਹੱਥ ਵਿੱਚ ਲੋਹੇ ਦੀ ਪਾਈਪ ਸੀ। ਉਹਨਾਂ ਨੇ ਉਸ ਦੀ ਕਨਪਟੀ ਤੇ ਪਿਸਤੌਲ ਤਾਣ ਕੇ ਉਸ ਦੇ 3 ਮੋਬਾਈਲ ਅਤੇ ਗੱਲੇ ਵਿੱਚ ਪਏ 47,000 ਰੁਪਏ ਅਤੇ ਉਸ ਦੀ ਜੇਬ ਦੇ ਵਿੱਚ ਪਈ 2500 ਰੁਪਏ ਦੀ ਨਗਦ ਰਾਸ਼ੀ ਅਤੇ DLC ਚੁੱਕ ਲਏ, ਜਿਸ ਉਪਰੰਤ ਵਿਅਕਤੀ CC ਕੈਮਰੇ ਵਿੱਚ ਕੈਦ ਹੋ ਚੁੱਕੇ ਨੇ ਔਰ ਇਸ ਤੋਂ ਇਲਾਵਾ DVR ਉਤਾਰ ਕੇ ਵੀ ਉਸ ਨੂੰ ਧਮਕਾਉਂਦੇ ਹੋਏ ਕਾਰ ਵਿੱਚ ਬੈਠ ਕੇ ਸਵਾਰ ਹੋ ਗਏ। ਔਰ ਦੂਜੇ ਪਾਸੇ ਇਸ ਪੂਰੀ ਡਿਟੇਲ ਲਈ ਚੱਲਦੇ ਹਾਂ ਪ੍ਰੈਸ ਕਾਨਫਰੰਸ ਦੇ ਵਿੱਚ ਔਰ ਜਿੱਥੇ ਹੋਏ ਨੇ ਵੱਡੇ ਖੁਲਾਸੇ। ਅੱਜ ਦੀ ਪ੍ਰੈਸ ਕਾਨਫਰੰਸ ਜਿਹੜੀ ਹੈਗੀ ਹੈ ਜੀ, ਮਿਤੀ 21 ਤਰੀਕ ਨੂੰ ਰਾਤ ਨੂੰ ਹੰਸਾਲੀ ਸਾਹਿਬ ਰੋਡ ਦੇ ਉੱਪਰ ਇੱਕ ਕਬਾੜੀਏ ਦੀ ਦੁਕਾਨ ਤੇ ਅਸਲੇ ਦੀ ਨੋਕ 'ਤੇ ਜਿਹੜੀ ਖੋਹ ਹੋਈ ਸੀ ਉਸ ਰਿਗਾਰਡਿੰਗ ਰੱਖੀ ਗਈ ਹੈ ਜੀ। ਇਹ ਖੋਹ ਤਕਰੀਬਨ 10:15 ਵਜੇ ਰਾਤ ਨੂੰ ਹੋਈ ਸੀ, ਜਿਸ ਵਿੱਚ 3 ਮੋਨੇ ਵਿਅਕਤੀ ਆਏ ਸੀਗੇ ਅਤੇ ਅਮਰੀਕ ਸਿੰਘ ਜਿਹੜਾ ਮਾਲਕ ਹੈਗਾ ਉਸ ਤੋਂ ਤਕਰੀਬਨ 48,000 ਰੁਪਈਆ ਕੈਸ਼, 3 ਮੋਬਾਈਲ ਅਤੇ DVR ਜਿਹੜੇ ਉਹਦੇ ਫੋਨ ਦੀ ਉਹ ਪੱਟ ਕੇ ਲੈ ਗਏ ਸੀਗੇ, ਉਸ ਸੰਬੰਧੀ ਰੱਖੀ ਗਈ ਸੀ। ਜਾਨੀ ਤਾਂ ਕੋਈ ਨਹੀਂ ਹੋਇਆ ਜੀ, ਮਾਲੀ ਜਿਵੇਂ ਮੈਂ ਦੱਸਿਆ ਵੀ ਤਕਰੀਬਨ 48,000 ਰੁਪਈਆ ਕੈਸ਼, ਫਿਰ ਉਹਦਾ ਇੱਕ ਪਰਸ ਸੀਗਾ, ਪਰਸ ਦੇ ਵਿੱਚ ਉਹਦੇ ਕੋਈ ਤਕਰੀਬਨ 2500-3000 ਰੁਪਈਆ ਕੈਸ਼ ਸੀਗਾ ਜੀ, ਮੋਬਾਈਲ ਸੀਗੇ 3 ਅਤੇ DVR ਸੀਗੀ। ਅਤੇ ਉਹ ਜਿਹੜੀ ਖੋਹ ਹੈ ਤਕਰੀਬਨ ਬੜੀ ਮੁਸਤੈਦੀ ਨਾਲ, ਖਾਸ ਕਰ ਮੈਂ ਕ੍ਰੈਡਿਟ ਦੇਣਾ ਚਾਹੂੰਗਾ ਬਡਾਲੀ ਅੱਲਾ ਸਿੰਘ ਦੇ SHO, ਇਹਨਾਂ ਨੇ ਬਹੁਤ ਮਿਹਨਤ ਕਰਕੇ ਸਾਰੀ ਰਾਤ ਵਰਕਆਊਟ ਕਰਕੇ ਵਿਦਇਨ 12 ਆਵਰਸ ਜਿਹੜਾ ਇਹਨੂੰ ਕਰੈਕ ਕਰ ਲਿਆ ਸੀਗਾ ਕੇਸ ਨੂੰ। ਅਤੇ ਜਿਹੜੇ ਇਹਨਾਂ 'ਚੋਂ 4 ਜਿਹੜੇ ਸ਼ਮੂਲੀਅਤ ਪਾਈ ਗਈ ਸੀ ਦੋਸ਼ੀਆਂ ਦੀ, ਉਹਨਾਂ ਵਿੱਚੋਂ 2 ਨੂੰ ਗ੍ਰਿਫਤਾਰ ਕਰ ਲਿਆ ਹੈਗਾ। ਸਰ, ਦੋਸ਼ੀਆਂ ਤੋਂ ਕੁਝ ਬਰਾਮਦ ਹੋਇਆ? ਦੋਸ਼ੀਆਂ ਪਾਸੋਂ ਜਿਹੜੇ ਆ ਤਕਰੀਬਨ 40,000 ਰੁਪਈਆ ਨਗਦ ਜੀ, 3 ਜਿਹੜੇ ਲੁੱਟੇ ਹੋਏ ਜਿਹੜੇ ਇਹਨਾਂ ਨੇ ਮੋਬਾਈਲ ਖੋਹ ਕੇ ਗਏ ਸੀ, ਉਹ 3 ਮੋਬਾਈਲ ਅਤੇ ਜਿਹੜੀ DVR ਹੈ ਉਹ ਹੋ ਗਈ ਹੈ। ਅਤੇ ਇਸ ਤੋਂ ਇਲਾਵਾ ਜਿਹੜੀ ਇਸ ਜੁਰਮ ਦੇ ਵਿੱਚ ਜਿਹੜੀ ਕਾਰ ਵਰਤੀ ਗਈ ਸੀਗੀ 8191 ਹੁੰਦਈ ਗੱਡੀ ਸੀਗੀ, ਉਹ ਕਾਰ ਵੀ ਬਰਾਮਦ ਕਰ ਲਈ ਗਈ ਹੈ। ਦੋਸ਼ੀਆਂ ਤੇ ਅੰਡਰ ਸੈਕਸ਼ਨ 392 IPC ਤੇ ਆਰਮਜ਼ ਐਕਟ ਦਾ ਮੁਕੱਦਮਾ ਦਰਜ ਕੀਤਾ ਗਿਆ ਸੀਗਾ, ਜਿਨ੍ਹਾਂ ਨੂੰ ਅੱਜ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਦੁਬਾਰਾ। ਅਤੇ ਬਾਕੀ ਜਿਹੜੇ 2 ਦੋਸ਼ੀ ਆ ਉਹਨਾਂ ਦੀ ਭਰਪੂਰ ਕੋਸ਼ਿਸ਼ ਕੀਤੀ ਜਾ ਰਹੀ ਹੈ ਵੀ ਉਹਨਾਂ ਨੂੰ ਜਲਦ ਤੋਂ ਜਲਦ ਗ੍ਰਿਫਤਾਰ ਕਰ ਲਿਆ ਜਾਵੇ ਜੀ। ਇਹਦੇ ਵਿੱਚ ਜਿਹੜਾ ਦੋਸ਼ੀ ਇੱਕ ਸਤਨਾਮ ਸਿੰਘ ਹੈ, ਉਸ ਮੈਂ ਦੱਸਣਾ ਚਾਹੁੰਦਾ ਉਸ 'ਤੇ ਇੱਕ ਪਟਿਆਲੇ ਜ਼ਿਲ੍ਹੇ ਦੇ ਵਿੱਚ ਇੱਕ ਮੁਕੱਦਮਾ ਦਰਜ ਹੋਣਾ ਪਾਇਆ ਗਿਆ ਜੀ ਸਦਰ ਨਾਭੇ ਵਿੱਚ ਆਲਰੇਡੀ। ਇਹ 4 ਬੰਦਿਆਂ ਦਾ ਗਰੁੱਪ ਹੈ ਜੀ ਫਿਲਹਾਲ ਜਿਹੜਾ ਸਾਹਮਣੇ ਆਇਆ, 4 ਨੇ ਮਿਲ ਕੇ ਹੀ ਕੀਤੀ ਸੀਗੀ। 3 ਬੰਦੇ ਅੰਦਰ ਆਏ ਸੀਗੇ, ਇੱਕ ਬੰਦਾ ਗੱਡੀ 'ਚ ਬੈਠਾ ਰਿਹਾ ਕਾਰ ਦੇ ਵਿੱਚ ਜਿਹੜਾ ਸਤਨਾਮ ਸਿੰਘ। ਨਹੀਂ ਨਹੀਂ ਸਾਰੇ ਅਲੱਗ ਅਲੱਗ ਹੈਗੇ ਨੇ ਜੀ, ਜੀ ਅਲੱਗ ਅਲੱਗ ਜਗ੍ਹਾ ਤੋਂ। ਸਰ, ਦੇਖਿਆ ਜਾਵੇ ਜੀ ਜੇ DGP ਗੌਰਵ ਯਾਦਵ ਵੱਲੋਂ ਇੱਕ ਈਗਲ ਸਰਚ ਓਪਰੇਸ਼ਨ ਚਲਾਇਆ ਜਾ ਰਿਹਾ ਹੈ, ਥਾਂ ਥਾਂ ਤੇ ਪੁਲਿਸ ਵੱਲੋਂ ਬੜੀ ਮੁਸਤੈਦੀ ਨਾਲ ਨਾਕੇਬੰਦੀ ਕੀਤੀ ਜਾ ਰਹੀ ਹੈ 26 ਜਨਵਰੀ ਦੇ ਕਰਕੇ, ਕਿ ਸ਼ਰਾਰਤੀ ਅਨਸਰਾਂ ਦੇ ਜਿਹੜੇ ਨੇ ਜਾਂ ਇਹੋ ਜਿਹੀ ਵਾਰਦਾਤਾਂ ਨੂੰ ਅੰਜਾਮ ਦਿੰਦੇ ਨੇ, ਇੰਨੇ ਹੌਸਲੇ ਬੁਲੰਦ ਕਿਉਂ ਹੋ ਰਹੇ ਜੀ? ਉਹ ਆਪਣੀ ਵਾਰਦਾਤ ਕਰ ਰਹੇ ਨੇ ਜੀ, ਤਾਂ ਪੁਲਿਸ ਦਾ ਵੀ ਦੇਖੋ ਮੈਂ ਤੁਹਾਨੂੰ ਦੱਸਣਾ ਚਾਹੁੰਗਾ 12 ਘੰਟੇ ਦੇ ਵਿੱਚ ਇਹਨੂੰ ਕਰੈਕ ਕਰਨਾ, ਕਿਉਂਕਿ ਇਟ ਵਾਸ ਟੋਟਲੀ ਅ ਬਲਾਈਂਡ ਕ੍ਰਾਈਮ, ਤੇ 12 ਘੰਟੇ ਦੇ ਵਿੱਚ ਕਰੈਕ ਕਰਨਾ ਵੀ ਇੱਕ ਕ੍ਰੈਡਿਟ ਦੀ ਗੱਲ ਹੈ ਜੀ। ਥੈਂਕ ਯੂ। ਸ਼੍ਰੀ ਫਤਿਹਗੜ੍ਹ ਸਾਹਿਬ ਤੋਂ ਏਵਨ ਪੰਜਾਬੀ ਚੈਨਲ ਲਈ
सुखमन जोत सिंह टिवाणा की रिपोर्ट।